ਵੀ ਜੇ ਉਹਨਾਂ ਦੇ ਰੇ ਸਿੱਖ ਲਏ ਜ਼ਿੰਦਗੀ ਹੰਢਾਉਣ ਲਈ ਨਾ ਬਣੀ ਹੈ ਤੂੰ ਜਿੱਥੇ ਵੀ ਅੱਜ ਤੇਰੀ ਗਲਤੀ ਨਾ ਕੋਈ ਭਾਰੀ ਤੇਰੇ ਉੱਤੇ ਵਿਰੇਸ਼ਣੀ ਹੈ ਜਿਹੜੇ ਜਿਹੜੇ ਤੈਨੂੰ ਹੇਟ ਕਰਦੇ ਉਹੀ ਗੱਲ ਨਾਲ ਤੈਨੂੰ ਲਾਉਣਗੇ ਚੁੱਪਚਾਪ ਕੰਮ ਵੀਰੇ ਕਰੀ ਜਾ ਸਕਸੈਸ ਨੂੰ ਇਹ ਸ਼ੋਰ ਪਾਉਣ ਦੇ ਚੁੱਪਚਾਪ ਕੰਮ ਵੀਰੇ ਕਰੀ ਜਾ ਸਕਸੈਸ ਨੂੰ ਇਹ ਸ਼ੋਰ ਪਾਉਣ ਦੇ ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਗਾਣਾ ਕਿਵੇਂ ਲਿਖ ਸਕਦੇ ਹੋ ਇਹਦੇ ਬਹੁਤ ਭਾਗ ਬਣਾ ਰੱਖੇ ਨੇ ਮੈਨੇ ਤੁਹਾਨੂੰ ਸਾਰਿਆਂ ਦੇ ਲਿੰਕ ਨੇ ਜਿਹੜੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਤਾਂ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਅੱਜ ਦਾ ਜਿਹੜਾ ਆਪਾਂ ਵੀਡੀਓ 'ਤੇ ਗੱਲ ਕਰ ਰਹੇ ਹਾਂ ਅੱਜ ਇੱਕ ਵੀਰ ਨੇ ਕਮੈਂਟ ਕਰਿਆ ਸੀ ਸੋ ਆਪਾਂ ਉੱਥੇ 'ਤੇ ਰਿਪਲਾਈ ਕਰ ਰਹੇ ਹਾਂ ਉਹਨਾਂ ਨੂੰ ਮੈਂ ਆਪਣੀ ਹਰੇਕ ਵੀਡੀਓ 'ਚ ਦੱਸ ਦਿੰਦਾ ਵੀ ਤੁਸੀਂ ਜੇ ਗਾਣੇ ਲਿਖਣੇ ਨੇ ਤਾਂ ਬੁੱਕਸ ਪੜ੍ਹਿਆ ਕਰੋ ਪੋਇਮਸ ਪੜ੍ਹਿਆ ਕਰੋ ਅਤੇ ਉਹਨਾਂ ਨੇ ਕਿਹਾ ਕਿ ਜਾਨੀ ਦੀ ਮੈਂ ਇੱਕ ਇੰਟਰਵਿਊ ਦੇਖੀ ਸੀ ਅਤੇ ਉਹਨਾਂ ਨੇ ਕਿਹਾ ਮੈਂ ਕੋਈ ਕਿਤਾਬ ਨਹੀਂ ਪੜ੍ਹਦਾ ਮੈਂ ਕੋਈ ਮਤਲਬ ਪੋਇਮ ਨਹੀਂ ਪੜ੍ਹਦਾ ਮੈਂ ਆਪ ਆਪਣੇ ਆਪ ਗਾਣੇ ਲਿਖਦਾ ਸੋ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਦੇਖੋ ਹਰੇਕ ਦਾ ਗਾਣੇ ਹੁੰਦੇ ਕੀ ਆ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰੀਏ ਗਾਣੇ ਤੁਹਾਡੇ ਜਿਹੜੇ ਗਾਣੇ ਹੁੰਦੇ ਨੇ ਤੁਹਾਡੇ ਮਨ ਦਾ ਖਿਆਲ ਹੁੰਦਾ ਉਸ ਨੂੰ ਆਪਾਂ ਗਾਣੇ ਕਹਿੰਦੇ ਹਾਂ ਠੀਕ ਆ ਹੁਣ ਮਨ ਦਾ ਖਿਆਲ ਹਰੇਕ ਦਾ ਅਲੱਗ ਅਲੱਗ ਤਰ੍ਹਾਂ ਆਉਂਦੇ ਨੇ ਮਨ 'ਚ ਖਿਆਲ ਕਿਸੇ ਨੂੰ ਕਿਤਾਬਾਂ ਪੜ੍ਹ ਕੇ ਆਉਂਦੇ ਨੇ ਕਿਸੇ ਨੂੰ ਆਲੇ ਦੁਆਲਾ ਦੇਖ ਕੇ ਆਉਂਦੇ ਨੇ ਸੋ ਜਿਹੜਾ ਜਾਨੀ ਆ ਉਹ ਆਪਣੇ ਆਲੇ ਦੁਆਲੇ ਨੂੰ ਅਬਜ਼ਰਵ ਕਰਕੇ ਉਸ 'ਤੇ ਗਾਣੇ ਲਿਖਦਾ ਸੋ ਉਹਦੇ ਗਾਣੇ ਲਿਖਣ ਦਾ ਤਰੀਕਾ ਇਹ ਆ ਹਰੇਕ ਬੰਦੇ ਦਾ ਗਾਣੇ ਲਿਖਣ ਦਾ ਤਰੀਕਾ ਅਲੱਗ ਅਲੱਗ ਹੁੰਦਾ ਕਿਸੇ ਨੂੰ ਕੋਈ ਗਾਣਾ ਸੁਣ ਕੇ ਉਹ ਤੋਂ ਗਾਣਾ ਲਿਖਦਾ ਅਤੇ ਕਿਸੇ ਨੂੰ ਕਿਤਾਬਾਂ ਤੋਂ ਗਾਣਾ ਲਿਖਿਆ ਜਾਂਦਾ ਕਿਤਾਬਾਂ ਪੜ੍ਹ ਕੇ ਕਿਉਂਕਿ ਆਪਣੇ ਆਲੇ ਦੁਆਲੇ ਜੋ ਉਸ ਨਾਲ ਹੋ ਰਿਹਾ ਹੁੰਦਾ ਚੰਗਾ ਮਾੜਾ ਉਸ ਨੂੰ ਆਪਣੇ ਗਾਣੇ ਦੇ ਰੂਪ ਵਿੱਚ ਲਿਖ ਦਿੰਦਾ ਸੋ ਗਾਣੇ ਇੱਦਾਂ ਲਿਖ ਸਕਦੇ ਹੋ ਤੁਸੀਂ ਉਹ ਤੋਂ ਬਾਅਦ ਦੂਜੇ ਨੰਬਰ 'ਤੇ ਗੱਲ ਕਰਦੇ ਹਾਂ ਆਪਾਂ ਕੰਪੋਜੀਸ਼ਨ ਬਾਰੇ ਤੁਸੀਂ ਇੱਕ ਗਾਣੇ ਦੀ ਕੰਪੋਜੀਸ਼ਨ ਆਪਣੇ ਲੈਵਲ 'ਤੇ ਕਿਵੇਂ ਤਿਆਰ ਕਰ ਸਕਦੇ ਹੋ ਦੇਖੋ ਇਹਦੇ ਦੋ ਤਰੀਕੇ ਆ ਠੀਕ ਆ ਪਹਿਲਾ ਤਰੀਕਾ ਤਾਂ ਇਹ ਆ ਤੁਸੀਂ ਕਿਸੇ ਦੀ ਕੰਪੋਜੀਸ਼ਨ ਆ ਜਿਹੜੀ ਉਹਦੀ ਤਰਜ਼ 'ਤੇ ਗਾਣਾ ਲਿਖ ਕੇ ਦੇਖੋ ਮਤਲਬ ਜਿਵੇਂ ਕੋਈ ਟੌਪ ਦਾ ਗਾਣਾ ਆਇਆ ਉਹਦੀ ਕੰਪੋਜੀਸ਼ਨ 'ਤੇ ਗਾਣਾ ਲਿਖ ਕੇ ਦੇਖੋ ਤੁਹਾਨੂੰ ਹੌਲੀ ਹੌਲੀ ਸਮਝ ਆ ਜੂਗੀ ਕਿ ਤੁਸੀਂ ਕੰਪੋਜੀਸ਼ਨ ਆ ਜਿਹੜੀ ਉਹ ਕਿਵੇਂ ਬਣਾਉਣੀ ਆ ਕਿਉਂਕਿ ਕੰਪੋਜੀਸ਼ਨ ਤੁਹਾਡੇ ਦਿਮਾਗ ਦੀ ਖੇਲ ਹੁੰਦੀ ਆ ਤੁਹਾਡੇ ਅੰਦਰੋਂ ਹੀ ਜੋ ਕੰਪੋਜੀਸ਼ਨ ਆਊਗੀ ਉਹੀ ਤੁਹਾਡੇ ਦਿਮਾਗ 'ਚ ਬੈਠ ਜੂਗੀ ਅਤੇ ਉਹ ਕੰਪੋਜੀਸ਼ਨ ਤੁਹਾਡੇ ਦਿਮਾਗ 'ਚ ਫਿਰ ਕੋਈ ਨਹੀਂ ਕਰ ਸਕਦਾ ਦੂਜਾ ਤਰੀਕਾ ਇਹੀ ਸੀ ਕਿ ਤੁਸੀਂ ਆਪਣੇ ਦਿਮਾਗ ਨਾਲ ਜਿਵੇਂ ਕੋਈ ਗਾਣਾ ਲਿਖਿਆ ਤੁਸੀਂ ਉਹਨੂੰ ਘੰਟਾ ਕੁ ਛੱਡ ਦਿਉ ਤੋਂ ਬਾਅਦ ਆ ਕੇ ਉਸ ਨੂੰ ਜਦੋਂ ਤੁਸੀਂ 4-5 ਵਾਰ ਪੜ੍ਹੋਗੇ ਤੁਹਾਡੇ ਦਿਮਾਗ 'ਚ ਆਟੋਮੈਟਿਕਲੀ ਇੱਕ ਕੰਪੋਜੀਸ਼ਨ ਆ ਜੂਗੀ ਇਹ ਜਿਹੜੀ ਗੱਲ ਆ ਇਹ ਮੈਂ ਖੁਦ ਇੱਦਾਂ ਤਿਆਰ ਕਰਦਾ ਗਾਣੇ ਮਤਲਬ ਜਦੋਂ ਕੋਈ ਗਾਣਾ ਲਿਖਦਾ ਮੈਨੂੰ ਕਈ ਵਾਰ ਕੰਪੋਜੀਸ਼ਨ ਤੋਂ ਜਾਂ ਤਾਂ ਕੰਪੋਜੀਸ਼ਨ ਵਧੀਆ ਨਹੀਂ ਲੱਗਦੀ ਆ ਬਹੁਤ ਕੁਛ ਹੁੰਦਾ ਸੋ ਮੈਂ 1-2 ਦਿਨ ਲਈ ਗਾਣਾ ਛੱਡ ਦੇਣਾ ਉਹ ਤੋਂ ਬਾਅਦ ਜਦੋਂ ਮੈਂ ਆ ਕੇ ਉਹ ਗਾਣਾ ਪੜ੍ਹਦਾ ਮੈਂ 1-2 ਵਾਰ ਬੇਕਾਰ ਕੰਪੋਜੀਸ਼ਨ ਪੜ੍ਹਦਾ ਜਦੋਂ ਤੀਜੀ ਚੌਥੀ ਵਾਰ ਉਹ ਗਾਣਾ ਪੜ੍ਹਦਾ ਨਾ ਤਾਂ ਮੈਨੂੰ ਆਪਣੇ ਆਪ ਇੱਕ ਕੰਪੋਜੀਸ਼ਨ ਤਿਆਰ ਹੋ ਜਾਂਦੀ ਆ ਸੋ ਤੁਸੀਂ ਇੱਦਾਂ ਵੀ ਕੰਪੋਜੀਸ਼ਨ ਤਿਆਰ ਕਰ ਸਕਦੇ ਹੋ ਕੰਪੋਜੀਸ਼ਨ ਤਿਆਰ ਕਰਨਾ ਕੋਈ ਬੜੀ ਗੱਲ ਨਹੀਂ ਹੈਗੀ ਪਹਿਲਾਂ ਜਦੋਂ ਤੁਸੀਂ ਕੰਪੋਜੀਸ਼ਨ ਤਿਆਰ ਕਰੀ ਗਾਣੇ ਦੀ ਤੁਸੀਂ ਕੋਈ ਗਾਣਾ ਲਿਖਿਆ ਆਪਣੇ ਫਰੈਂਡਸ ਨੂੰ ਸੁਣਾਓ ਜਦੋਂ ਤੁਹਾਡਾ ਕੋਈ ਦੋਸਤ ਪਹਿਲੀ ਵਾਰ ਗਾਣਾ ਸੁਣੂਗਾ ਤੁਹਾਨੂੰ ਖੁਦ ਨੂੰ ਆਪਣੇ ਆਪ ਦੱਸ ਦੂਗਾ ਕਿ ਜਾਂ ਤਾਂ ਮੈਨੂੰ ਕੰਪੋਜੀਸ਼ਨ ਨਹੀਂ ਵਧੀਆ ਲੱਗੀ ਆ ਇੱਥੇ ਲਾਈਨ ਕੋਈ ਛੋਟੀ ਵੱਡੀ ਲਿਖੀ ਜਾਂਦੀ ਆ ਕਿਉਂਕਿ ਜਦੋਂ ਕੋਈ ਪਹਿਲੀ ਵਾਰ ਸੁਣਦਾ ਨਾ ਉਹਨੂੰ ਬਹੁਤ ਚੀਜ਼ਾਂ ਰੜਕਦੀਆਂ ਨੇ ਇੱਕ ਗਾਣੇ ਵਿੱਚ ਕਿਉਂਕਿ ਮੇਰੇ ਨਾਲ ਵੀ ਹੁੰਦਾ ਮੈਂ ਜਦੋਂ ਆਪਣੇ ਦੋਸਤਾਂ ਨੂੰ ਗਾਣਾ ਸੁਣਾਉਣਾ ਮੈਨੂੰ ਫੀਡਬੈਕ ਦਿੰਦੇ ਹੁੰਦੇ ਕਿ ਸਾਨੂੰ ਆਹ ਚੀਜ਼ ਬੁਰੀ ਲੱਗੀ ਵੀ ਆਹ ਚੀਜ਼ ਥੋੜ੍ਹੀ ਜਿਹੀ ਬਦਲਾਅ ਕਰ ਅਤੇ ਮੈਂ ਉਹ ਤੋਂ ਬਾਅਦ ਬਦਲਾਅ ਵੀ ਕਰਦਾ ਹੁੰਦਾ ਸੋ ਕਿਸੇ ਦਾ ਫੀਡਬੈਕ ਹੈ ਜਿਹੜਾ ਉਹਨੂੰ ਜ਼ਰੂਰ ਸੁਣੋ ਕਿਉਂਕਿ ਜਦੋਂ ਤੁਸੀਂ ਆਪਣੇ ਫਰੈਂਡ ਨੂੰ ਸੁਣਾਇਆ ਜਦੋਂ ਤੁਸੀਂ ਕਿਸੇ ਹੋਰ ਨੂੰ ਸੁਣਾਓਗੇ ਤਾਂ ਸ਼ਾਇਦ ਉਹਨੂੰ ਵੀ ਉਹ ਚੀਜ਼ ਰੜਕ ਸਕਦੀ ਹੈ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਵੱਧ ਤੋਂ ਵੱਧ ਬੁੱਕਸ ਪੜ੍ਹੋ ਵੱਧ ਤੋਂ ਵੱਧ ਅਖਬਾਰ ਪੜ੍ਹੋ ਜਿੱਥੇ ਤੁਹਾਨੂੰ ਖਿਆਲ ਆ ਸਕਦੇ ਨੇ ਆਪਣੇ ਯਾਰਾਂ ਦੋਸਤਾਂ ਦੀਆਂ ਸਟੋਰੀਆਂ ਸੁਣੋ ਉਹਨਾਂ ਦੇ ਬ੍ਰੇਕਅਪ ਬਾਰੇ ਸੁਣੋ ਉਹਨਾਂ ਦੀ ਲਾਈਫ ਬਾਰੇ ਸੁਣੋ ਉਹਨਾਂ ਨੇ ਸਕੂਲ ਵਿੱਚ ਕਿਵੇਂ ਇੰਜੋਏ ਕਰਿਆ ਉਹਨਾਂ ਨੇ ਕਾਲਜ ਵਿੱਚ ਕਿਵੇਂ ਇੰਜੋਏ ਕਰਿਆ ਉਹ ਕਾਲਜ ਲਾਈਫ ਤੋਂ ਬਾਅਦ ਕਿਵੇਂ ਇੰਜੋਏ ਕਰਦੇ ਨੇ ਸੋ ਉਸ ਸਭ ਦੇ ਤੁਸੀਂ ਗਾਣਾ ਲਿਖ ਸਕਦੇ ਹੋ ਗਾਣਾ ਤੁਹਾਨੂੰ ਸਮਝ ਹੋਣੀ ਚਾਹੀਦੀ ਕਿ ਗਾਣੇ ਵਿੱਚ ਲਿਖਣਾ ਕਿਵੇਂ ਆ ਗਾਣਾ ਲਿਖਣਾ ਕਿਵੇਂ ਆ ਗਾਣੇ ਦੀ ਸਟਾਰਟਿੰਗ ਕਿਵੇਂ ਕਰਨੀ ਆ ਸੋ ਇਹ ਫਿਰ ਵੀ ਤੁਹਾਡਾ ਕੋਈ ਦਿਮਾਗ 'ਚ ਕੋਈ ਵੀ ਸਵਾਲ ਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਕਮੈਂਟ ਵਿੱਚ ਜੇ ਹੋ ਸਕਿਆ ਤਾਂ ਰਿਪਲਾਈ ਜ਼ਰੂਰ ਕਰੂੰਗਾ ਅਤੇ ਲਾਸਟ ਵਿੱਚ ਮੈਂ ਇਹੀ ਕਹੂੰਗਾ ਵੀ ਜੇ ਤੁਸੀਂ ਗਾਣਾ ਲਿਖ ਰਹੇ ਹੋ ਤਾਂ ਪੂਰੇ ਪੈਸ਼ਨ ਨਾਲ ਗਾਣਾ ਲਿਖੋ ਆਪਣੇ ਪੂਰਾ ਜ਼ੋਰ ਲਾ ਦਿਓ ਗਾਣੇ ਲਿਖਣ 'ਤੇ ਐਵੇਂ ਨਾ ਹੋਵੇ ਕਿ ਤੁਸੀਂ 1-2 ਗਾਣਾ ਲਿਖ ਕੇ ਚਲੋ ਬਸ ਖੇਲ ਖਤਮ ਹੋ ਗਈ ਘੱਟੋ ਘੱਟ 50-60 ਗਾਣੇ ਲਿਖੋ ਕਿਉਂਕਿ ਜਦੋਂ ਇੱਕ ਸਿੰਗਰ ਤੁਹਾਡੇ ਤੱਕ ਅਪਰੋਚ ਕਰੂਗਾ ਨਾ ਉਹ ਟੌਪ ਦੀ ਚੀਜ਼ ਲੈ ਕੇ ਜਾਊਗਾ ਤੁਹਾਡੇ 'ਚ ਸੋ ਮੈਂ ਇਹੀ ਕਹੂੰਗਾ ਤੁਹਾਨੂੰ ਬਾਕੀ ਹੋਪ ਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਅਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।